ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ। ਸੋ ਦੋਸਤੋ, ਪਿੰਡ ਪੰਜਾਬੀ ਚੈਨਲ ਹਾਜ਼ਰ ਹੈ ਜੀ ਇੱਕ ਵਾਰ ਫਿਰ ਇਲਾਕੇ ਦੀਆਂ ਕੁਝ ਖਾਸ ਗਤੀਵਿਧੀਆਂ ਲੈ ਕੇ। ਸੋ ਦੋਸਤੋ, ਅੱਜ ਦੀ ਗਤੀਵਿਧੀ ਆ ਰਹੀ ਹੈ ਜੀ ਪਿੰਡ ਜਰਕ ਤੋਂ, ਜਿੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਈਸਰ ਸਿੰਘ ਮਹਾਰਾਜ ਜੀ ਦੀ 44ਵੀਂ ਬਰਸੀ ਨੂੰ ਮਨਾਉਂਦੇ ਹੋਏ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਵਿਖੇ ਮਿਤੀ 26/8/2019 ਦਿਨ ਸੋਮਵਾਰ ਨੂੰ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕਾਫੀ ਗਿਣਤੀ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਸੋ ਤੁਸੀਂ ਵੇਖ ਸਕਦੇ ਹੋ ਕਿ ਇਸ ਮੁਕਾਬਲੇ ਵਿੱਚ ਪਹੁੰਚੇ ਹੋਏ ਬੱਚੇ ਅਤੇ ਨੌਜਵਾਨ। ਸੋ ਇਹਨਾਂ ਮੁਕਾਬਲਿਆਂ ਦੇ ਵਿੱਚ ਜੇਤੂ ਬੱਚਿਆਂ ਅਤੇ ਭਾਗ ਲੈਣ ਵਾਲੇ ਲਗਭਗ ਹਰ ਇੱਕ ਬੱਚੇ ਅਤੇ ਨੌਜਵਾਨ ਨੂੰ ਸੰਤ ਬਾਬਾ ਭੁਪਿੰਦਰ ਸਿੰਘ ਜੀ ਹੁਣਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਸੋ ਆਓ ਹੁਣ ਗੱਲ ਕਰਕੇ ਵੇਖਦੇ ਹਾਂ ਸੰਤ ਬਾਬਾ ਭੁਪਿੰਦਰ ਸਿੰਘ ਜੀ ਉਹਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਸਮਾਗਮ ਸੰਬੰਧੀ। ਪਿੰਡ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ, ਖਾਸ ਤੌਰ 'ਤੇ ਇਲਾਕਾ ਨਿਵਾਸੀਆਂ ਨੂੰ ਹਾਰਦਿਕ ਸਵਾਗਤ। ਸੋ ਦੋਸਤੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਜਰਗ ਵਿਖੇ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਈਸਰ ਸਿੰਘ ਜੀ ਮਹਾਰਾਜ ਜੀ ਦੀ 44ਵੀਂ ਬਰਸੀ ਸੰਬੰਧੀ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਵਿਖੇ ਧਾਰਮਿਕ ਸਮਾਗਮ ਹੁਣ ਕਰਵਾਏ ਜਾ ਰਹੇ ਨੇ। ਸੋ ਇਸ ਵਕਤ ਸਾਡੇ ਨਾਲ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਜਰਗ ਦੇ ਮੁੱਖ ਸੰਚਾਲਕ, ਮੁੱਖ ਸਰਪ੍ਰਸਤ ਸੰਤ ਬਾਬਾ ਜੀ ਭੁਪਿੰਦਰ ਸਿੰਘ ਜੀ ਮੌਜੂਦ ਨੇ। ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਦੇਖਦੇ ਹਾਂ, ਕਿਉਂਕਿ ਇਸ ਜੋ ਬਰਸੀ ਸਮਾਗਮ ਹੈ ਸੰਤ ਮਹਾਰਾਜ ਈਸਰ ਸਿੰਘ ਜੀ ਦਾ ਅੱਜ ਇੱਥੇ ਮਨਾਇਆ ਜਾ ਰਿਹਾ, ਇਸ ਸਮਾਗਮ ਨਾਲ ਸੰਬੰਧਿਤ ਇੱਥੇ ਬੱਚਿਆਂ ਦੇ ਦਸਤਾਰ ਮੁਕਾਬਲੇ ਵੀ ਅੱਜ ਇੱਥੇ ਕਰਵਾਏ ਗਏ ਨੇ, ਜਿਸ ਵਿੱਚ ਬੱਚਿਆਂ ਨੇ ਭਾਗ ਲਿਆ। ਬਾਬਾ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਜੀ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਈਸਰ ਸਿੰਘ ਜੀ ਮਹਾਰਾਜ ਜੀ ਦੀ 44ਵੀਂ ਬਰਸੀ ਅੱਜ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਜਰਗ ਵਿਖੇ ਮਨਾਈ ਜਾ ਰਹੀ ਆ, ਇਹ ਅੱਜ ਰੈਣ ਸਵਾਈ ਕੀਰਤਨ ਵੀ ਆ, ਇਹ ਜਿਸ ਵਿੱਚ ਇਲਾਕੇ ਤੋਂ ਅਤੇ ਦੂਰ ਦੁਰਾਡੇ ਇਲਾਕਿਆਂ ਤੋਂ ਸੰਤ ਮਹਾਂਪੁਰਸ਼ਾਂ ਨੇ ਅੱਜ ਇੱਥੇ ਪਹੁੰਚਣਾ, ਅੱਜ ਇੱਥੇ ਜੋ ਬੱਚਿਆਂ ਦੇ ਇਹ ਦਸਤਾਰ ਮੁਕਾਬਲੇ ਵੀ ਕਰਵਾਏ ਨੇ, ਕਿਉਂਕਿ ਅੱਜ ਕੱਲ੍ਹ ਜਿਹੜੇ ਪੰਜਾਬ ਵਿੱਚ ਕਾਫੀ ਜਿਹੜੇ ਨੌਜਵਾਨ ਨੇ ਉਹ ਆਪਣੇ ਨਸ਼ਿਆਂ ਦੇ ਵਿੱਚ ਵੀ ਗੁਲਤਾਨ ਹੁੰਦੇ ਜਾ ਰਹੇ ਨੇ, ਇਹ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਤੁਸੀਂ ਅੱਜ ਇੱਥੇ ਕੀਤੇ ਨੇ, ਇਸ 'ਤੇ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਵਾਲਿਆਂ ਦੀ 44ਵੀਂ ਬਰਸੀ ਦੇ ਸੰਬੰਧ ਵਿੱਚ ਅੱਜ ਬੇਅੰਤ ਸੰਗਤਾਂ ਦੇ ਵਿੱਚ ਉਤਸ਼ਾਹ ਬੜਾ ਹੈ ਕਿ 44ਵੀਂ ਬਰਸੀ ਵਿੱਚ ਜਿਤਨੇ ਵੀ ਮਹਾਂਪੁਰਸ਼ ਜਾਂ ਰਾਗੀ ਢਾਡੀ ਆਉਣਗੇ ਉਹਨਾਂ ਦੇ ਸ਼ੁਭ ਵਿਚਾਰ ਸੁਣ ਕੇ ਆਪਣਾ ਜਨਮ ਸਫਲਾ ਕਰਾਂਗੇ। ਇਸੇ ਤਰ੍ਹਾਂ ਅੱਜ ਦਸਤਾਰ ਮੁਕਾਬਲੇ ਵੀ ਕਰਾਏ ਗਏ ਜਿਹਦੇ ਵਿੱਚ ਕਾਫੀ ਬੱਚਿਆਂ ਨੇ ਭਾਗ ਲਿਆ। ਇਹ ਦਸਤਾਰ ਇੱਕ ਤਾਜ ਹੈ ਸਾਡਾ ਮਹਾਰਾਜ ਜੀ ਨੇ ਜਿਹੜਾ ਸਾਨੂੰ ਬਖਸ਼ਿਆ ਹੈ। ਅੱਜ ਵੈਸੇ ਰੁਝਾਨ ਬਹੁਤ ਨੌਜਵਾਨਾਂ ਵਿੱਚ ਹੋ ਰਿਹਾ ਹੈ, ਉਹ ਬਹੁਤ ਉਤਸ਼ਾਹ ਦੇ ਨਾਲ ਇਹ ਸਮਾਗਮਾਂ ਦੇ ਵਿੱਚ ਹਿੱਸਾ ਲੈ ਰਹੇ ਨੇ, ਅਤੇ ਇਸੇ ਤਰ੍ਹਾਂ ਚਾਹੀਦਾ ਵੀ ਹੈ। ਹਰ ਇੱਕ ਨੂੰ ਮੈਂ ਬੇਨਤੀ ਕਰਾਂਗਾ, ਨੌਜਵਾਨ ਜੋ ਦਸਤਾਰ ਮੁਕਾਬਲਿਆਂ ਵਿੱਚ ਆਉਂਦੇ ਨੇ, ਪਹਿਲੀ ਗੱਲ ਵੀ ਕਈ ਇਹ ਵੀ ਦੇਖਣ 'ਚ ਆਏ ਨੇ ਦਸਤਾਰ ਬੜੀ ਸੋਹਣੀ ਬਣਦੇ ਨੇ ਪਰ ਉਹ ਦਾੜ੍ਹੀ ਨਹੀਂ ਰੱਖਦੇ, ਉਹ ਕੇਸ ਨਹੀਂ ਰੱਖਦੇ। ਦਸਤਾਰ ਦਾ ਮਕਸਦ ਕੋਈ ਨਹੀਂ ਹੈ ਜੇ ਕੇਸ ਨਹੀਂ ਹਨ ਅਤੇ ਦਾੜ੍ਹੀ ਨਹੀਂ ਹੈ। ਮਹਾਰਾਜ ਦਾ ਆਪਾਂ ਨੂੰ ਹੁਕਮ ਹੈ ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਪਹਿਲਾਂ ਵਚਨ ਕੀਤਾ, ਦਸਤਾਰ ਸਿਰ ਦੇ ਉੱਪਰ ਬਾਅਦ ਵਿੱਚ ਹੈ। ਅਤੇ ਇਸ ਕਰਕੇ ਬਹੁਤ ਖੁਸ਼ੀ ਹੋਈ ਹੈ ਸਾਨੂੰ ਬਈ ਨੌਜਵਾਨਾਂ ਵਿੱਚ ਉਤਸ਼ਾਹ ਹੈ, ਅੱਗੇ ਵਾਸਤੇ ਵੀ ਇਸੇ ਤਰ੍ਹਾਂ ਇਹੋ ਜਿਹੇ ਸਮਾਗਮ ਕਰਦੇ ਰਹਿਣਗੇ ਕਰਦੇ ਰਹਾਂਗੇ,
ਜਿਹਦੇ ਨਾਲ ਕਿ ਬੱਚੇ ਹੋਰ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲੈਣ ਅਤੇ ਆਪਣੀ ਕੌਮ ਪ੍ਰਫੁੱਲਿਤ ਹੋਵੇ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਮਿਲਣ, ਚਾਰੇ ਸਾਹਿਬਜ਼ਾਦਿਆਂ ਦੀਆਂ ਖੁਸ਼ੀਆਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਦੀ ਇਹ ਇੱਛਾ ਹਰ ਵੇਲੇ ਇਹੋ ਹੀ ਬਣੀ ਹੈ ਕਿ ਅਸੀਂ ਹਰ ਇੱਕ ਨੌਜਵਾਨ ਵਿੱਚ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ ਨੂੰ ਦੇਖਣਾ ਚਾਹੁੰਦੇ ਹਾਂ। ਜੋ ਤਾਂ ਦੇਖਾਂਗੇ ਜੇ ਆਪਾਂ ਪੂਰੀ ਰਹਿਤ ਮਰਯਾਦਾ ਵਿੱਚ ਪਰਪੱਕ ਹੋਵਾਂਗੇ। ਇਸ ਕਰਕੇ ਬੇਨਤੀ ਹੈ ਸਾਰੀ ਸੰਗਤ ਜੋ ਵੀ ਸੁਣਦੀ ਹੈ, ਵੀ ਆਪਣੇ ਬੱਚਿਆਂ ਨੂੰ, ਖਾਸ ਕਰਕੇ ਬੀਬੀਆਂ ਨੂੰ ਬੇਨਤੀ ਕਰਾਂਗੇ ਵੀ ਉਹ ਜ਼ਰੂਰ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਅਤੇ ਇਹ ਗੁਰਮਤ ਦਾ ਜਾਣੀ ਵੱਧ ਤੋਂ ਵੱਧ ਸਮਾਗਮ ਕਰਾ ਕੇ ਜਾਂ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਬੱਚਿਆਂ ਨੂੰ ਕਰਾ ਕੇ ਅਤੇ ਉਹਨਾਂ ਨੂੰ ਇਧਰਲੀ ਗੁਰਮਤ ਦੀ ਲਗਨ ਲੱਗੇ ਤਾਂ ਕਿ ਸਾਰੇ ਆਪਣੇ ਚੜ੍ਹਦੀ ਕਲਾ ਵਿੱਚ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਬਾ, ਜਿਸ ਤਰ੍ਹਾਂ ਅੱਜ ਜਿਹੜੇ ਇਹ ਮੁਕਾਬਲੇ ਹੋਏ ਨੇ, ਥੋੜ੍ਹਾ ਜਿਹਾ ਘੱਟ ਪਤਾ ਲੱਗਿਆ, ਐਡ ਵੀ ਥੋੜ੍ਹੀ ਜਿਹੀ ਜਿਸ ਤਰ੍ਹਾਂ ਘੱਟ ਹੋਈ, ਅਸੀਂ ਕੱਲ੍ਹ ਨਿਊਜ਼ ਪੇਪਰ ਵਿੱਚ ਪੜ੍ਹੀ ਸੀਗੀ, ਅਸੀਂ ਨਿਊਜ਼ ਪੇਪਰ ਵਿੱਚ ਪੜ੍ਹ ਕੇ ਫਿਰ ਅਸੀਂ ਅੱਜ ਇੱਥੇ ਪਹੁੰਚੇ ਹਾਂ ਕਿ ਆਉਣ ਵਾਲੇ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਸਾਲ ਦੇ ਵਿੱਚ ਜਿਹੜੀਆਂ ਆਪਣੇ ਸੰਤ ਮਹਾਂਪੁਰਸ਼ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ, ਇਸ ਤਰ੍ਹਾਂ ਦੇ ਮੁਕਾਬਲੇ ਦੀ ਐਡ ਵਧੀਆ ਤਰੀਕੇ ਨਾਲ ਪਹਿਲਾਂ? ਬਿਲਕੁਲ, ਅਸੀਂ ਇਹ ਜ਼ਰੂਰ ਸਾਤੇ ਇੱਕ ਇੱਕ ਕਾਹਲੀ 'ਚ ਪ੍ਰੋਗਰਾਮ ਬਣਿਆ ਸਾਧ ਸੰਗਤ ਅੱਗੇ ਵਾਸਤੇ, ਅਸੀਂ ਪ੍ਰੀ ਪਲੈਨਿੰਗ ਬਹੁਤ ਵੱਡੀ ਪੱਧਰ 'ਤੇ ਇਸ ਸਮਾਗਮ ਨੂੰ ਕਰਨਾ ਚਾਹੁੰਦੇ ਹਾਂ, ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨ ਘੱਟੋ ਘੱਟ 15-20-50-100 ਅਤੇ ਹੋਰ ਵੀ ਵੱਧ ਤੋਂ ਵੱਧ ਜਿੰਨੇ ਵੀ ਸ਼ਾਮਿਲ ਹੋਣ। ਸਾਨੂੰ ਇਹਦੇ ਵਿੱਚ ਬੜੀ ਖੁਸ਼ੀ ਹੈ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਇਹ ਸਾਰੇ ਕਾਰਜ ਕੀਤੇ ਜਾਂਦੇ ਹਨ ਜੀ। ਇਸ ਕਰਕੇ ਅੱਗੇ ਵਾਸਤੇ ਪ੍ਰੀ ਪਲੈਨਿੰਗ ਪ੍ਰੋਗਰਾਮ ਕੀਤਾ ਜਾਵੇਗਾ, ਸਾਰਿਆਂ ਨੂੰ ਪਹਿਲਾਂ ਵਿਦਿਤ ਕੀਤਾ ਜਾਵੇਗਾ, ਹਰ ਤਰ੍ਹਾਂ ਦੇ ਮੀਡੀਆ ਵਿੱਚ ਪਹਿਲਾਂ ਇਹ ਸਭ ਨੂੰ ਦੱਸਿਆ ਜਾਏਗਾ ਤਾਂ ਕਿ ਕਿਸੇ ਨੂੰ ਇਹ ਭੁਲੇਖਾ ਨਾ ਰਹੇ ਵੀ ਸਾਨੂੰ ਪਤਾ ਨਹੀਂ ਲੱਗਿਆ। ਇਸ ਕਰਕੇ ਬੇਨਤੀ ਹੈ ਅਤੇ ਇਹ ਕੀ ਜੋ ਕੁਛ ਹੋ ਗਿਆ ਸੋ ਠੀਕ ਹੈ, ਅੱਗੇ ਵਾਸਤੇ ਚੜ੍ਹਦੀ ਕਲਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੀ ਆਪਣੇ ਪੱਤਰਕਾਰ ਪਾਲਾ ਰਾਜੇਵਾਲੀ ਹੁਣਾਂ ਨਾਲ ਵੀ ਸਾਡੇ ਦਰਮਿਆਨ ਮੌਜੂਦ ਨੇ। ਪਾਲਾ ਜੀ, ਜਿਸ ਤਰ੍ਹਾਂ ਅੱਜ ਸੰਤ ਮਹਾਂਪੁਰਸ਼ ਬਾਬਾ ਭੁਪਿੰਦਰ ਸਿੰਘ ਜੀ ਹੁਣਾਂ ਨਾਲ ਵੀ ਗੱਲਬਾਤ ਹੋਈ ਹੈ, ਇਹ ਮੁੱਖ ਸੰਚਾਲਕ ਨੇ ਗੁਰਦੁਆਰਾ ਜਗਰਾੜਾ ਸਾਹਿਬ, ਤੁਸੀਂ ਵੀ ਕਾਫੀ ਇਸ ਜਿਹੜਾ ਸਮਾਗਮ ਅੱਜ ਹੋਇਆ ਦਸਤਾਰ ਮੁਕਾਬਲੇ ਦਾ, ਇਸ ਵਿੱਚ ਤੁਸੀਂ ਵੀ ਸਹਿਯੋਗ ਦਿੱਤਾ, ਪ੍ਰਬੰਧਕ ਦੀ ਤੌਰ 'ਤੇ ਲਾ ਲਓ, ਸਹਿਯੋਗੀ ਤੌਰ 'ਤੇ ਲਾ ਲਓ, ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਬਾਬਾ ਜੀ ਹੁਣਾਂ ਨੇ, ਇਹਨਾਂ ਨੇ ਦੱਸਿਆ ਕਿ ਅੱਜ ਐਤਕੀ ਟਾਈਮ ਦੀ ਪ੍ਰੋਬਲਮ ਕਰਕੇ ਤਾਂ ਅਗਲੇ ਸਾਲ ਤੋਂ ਜਾਂ ਜੋ ਵੀ ਸੰਤ ਮਹਾਂਪੁਰਸ਼ ਨੇ ਜਿਹੜੀਆਂ ਅਗਲੀਆਂ ਬਰਸੀਆਂ ਮਨਾਈਆਂ ਜਾਣਗੀਆਂ ਉਸ 'ਤੇ ਪ੍ਰੀ ਪਲੈਨਿੰਗ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਜਾਊਗਾ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ? ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਜਿੱਥੇ ਤੱਕ ਮਹਾਂਪੁਰਸ਼ਾਂ ਦਾ ਸਵਾਲ ਆ, ਅਸੀਂ ਤਾਂ ਜੀ ਮਤਲਬ ਕਿ ਸਾਹ ਵੀ ਇਹਨਾਂ ਦੀ ਕਿਰਪਾ ਨਾਲ ਲੈ ਰਹੇ ਹਾਂ, ਪਰ ਗੱਲ ਕੀ ਆ ਵੀ ਐਡ ਦੀ ਨਹੀਂ ਕੋਈ ਇੰਨੀ ਗੱਲ ਹੁੰਦੀ, ਮਤਲਬ ਗੱਲ ਇਹ ਆ ਵੀ ਜਿਵੇਂ ਮੰਨ ਲਓ ਐਤ ਕੀ, ਪਰ ਫਿਰ ਵੀ ਮਤਲਬ ਦੂਰੋਂ ਦੂਰੋਂ ਨੌਜਵਾਨ ਆਏ ਨੇ, ਚਾਹੇ ਇੱਕ ਦਿਨ ਪਤਾ ਲੱਗਿਆ ਦੋ ਦਿਨ, ਜਦ ਪ੍ਰੀ ਪਲੈਨ ਕਰਾਂਗੇ ਫਿਰ ਤਾਂ ਬਹੁਤ ਵੱਡੇ ਪੱਧਰ 'ਤੇ ਸਮਾਗਮ ਜਾਊਗਾ। ਬਾਕੀ ਅਸੀਂ ਮੈਂ ਜਿੱਥੋਂ ਤੱਕ ਸਮਝਦਾ ਵੀ ਇਹ ਗੁਰਦੁਆਰਾ ਯਾਦਗਾਰ ਸਾਹਿਬ ਅਤੇ ਸੰਤ ਬਾਬਾ ਭੁਪਿੰਦਰ ਸਿੰਘ ਜੀ ਮਹਾਰਾਜ, ਇਹਨਾਂ ਦੀ ਰਹਿਨਮਾਈ ਹੇਠ ਸੰਗਤਾਂ 'ਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ, ਔਰ ਸੰਤ ਈਸ਼ਰ ਸਿੰਘ ਮਹਾਰਾਜ ਦੀ 44ਵੀਂ ਬਰਸੀ ਆ, ਸੰਗਤਾਂ ਦੇ ਵਿੱਚ ਉਤਸ਼ਾਹ ਵੀ ਆ ਅਤੇ ਸ਼ਰਧਾ ਅਤੇ ਸਤਿਕਾਰ ਭਾਵਨਾ ਵੀ ਆ। ਅਤੇ ਇਹ ਸਾਰੇ ਸਮਾਗਮੇ, ਇਹ ਕੋਈ ਨਵਾਂ ਸਮਾਗਮ ਨਹੀਂ ਹੈਗਾ, ਮਤਲਬ ਕਿ ਜਦ ਉਲੀਕਿਆ ਜਾਂਦਾ ਤਾਂ ਉਹ ਆਪਣੇ ਆਪ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਵੱਡੇ ਪੱਧਰ 'ਤੇ ਨੇਪਰੇ ਚੜ੍ਹ ਜਾਂਦਾ। ਉੱਥੇ ਸੈਂਕੜੇ ਸਮਾਗਮ ਹੋਏ ਨੇ, ਪਤਾ ਨਹੀਂ ਕਿੰਨੇ ਕੁ ਹੋਣੇ ਨੇ, ਮਤਲਬ ਕਿ ਆਪਣੇ ਆਪ ਸੰਗਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਹੁੰਦਾ ਅਤੇ ਸੰਗਤਾਂ ਆਪਣੇ ਆਪ ਸਿਰੇ ਲਾ ਦਿੰਦੀਆਂ ਕਹਾਣੀ। ਬਾਕੀ ਮੈਂ ਪੱਗ ਦੀ ਗੱਲ ਜ਼ਰੂਰ ਕਰਨਾ ਚਾਹੂੰਗਾ ਵੀ ਜਿੰਨੇ ਵੀ ਹੁਣ ਤਾਂ ਬਾਲੀਵੁੱਡ 'ਚ ਵੀ ਜਿਹੜੇ ਮੁੰਡੇ ਪੱਗਾਂ ਵਾਲੀ, ਮਤਲਬ ਉਹ ਵੀ ਹੀਰੋ ਬਾਲੀਵੁੱਡ 'ਚ ਵੀ ਲੈਣ ਲੱਗ ਗਏ। ਬਾਕੀ ਪੱਗ ਦੀ ਇੱਕ ਆਪਣੀ ਦਸਤਾਰ ਦੀ ਸਾਡੇ ਗੁਰੂ ਸਾਹਿਬਾਨਾਂ ਨੇ ਆਪਣਾ ਪਰਿਵਾਰ ਵਾਰ ਕੇ ਸਾਰਾ ਸਰਬੰਸ ਵਾਰ ਕੇ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ, ਔਰ ਸਾਨੂੰ ਘੱਟੋ ਘੱਟ ਨੌਜਵਾਨਾਂ ਦੇ ਸਿੱਖਾਂ ਨੂੰ ਤਾਂ ਮਤਲਬ ਖਾਸ ਤੌਰ 'ਤੇ ਦਸਤਾਰਾਂ ਵੱਲ ਆਉਣਾ ਚਾਹੀਦਾ। ਇਹੀ ਬੇਨਤੀ ਹੈ, ਇਹ ਜੋਦਰੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੀਆਂ ਹੀ ਸੰਗਤਾਂ ਨੂੰ, ਦਰਸ਼ਕਾਂ ਨੂੰ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਅੱਜ ਸਾਡੇ ਦਰਮਿਆਨ ਹੈ ਸੰਤ ਬਾਬਾ ਜੀ ਭੁਪਿੰਦਰ ਸਿੰਘ ਜੀ ਉਹਨਾਂ ਨੇ ਵੀ ਗੱਲਬਾਤ ਕੀਤੀ ਆ, ਅਤੇ ਪੱਤਰਕਾਰ ਪਾਲਾ ਰਾਜੇ ਵਾਲੀ ਉਹਨਾਂ ਨੇ ਵੀ ਗੱਲਬਾਤ ਕੀਤੀ ਆ। ਸੋ ਅੱਜ ਜੋ ਇਹ ਸਮਾਗਮ ਹੋਇਆ ਇੱਥੇ ਬੱਚਿਆਂ ਦਾ ਦਸਤਾਰ ਬੰਦੀ, ਇਹ ਉਸ ਨੂੰ ਬਹੁਤ ਵਧੀਆ ਤਰੀਕੇ ਨਾਲ ਇੱਥੇ ਕਰਵਾਇਆ ਗਿਆ, ਅਤੇ ਜਿਹੜੇ ਬੱਚਿਆਂ ਨੇ ਪੁਜੀਸ਼ਨ ਹਾਸਲ ਕੀਤੀਆਂ ਨੇ ਉਹਨਾਂ ਨੂੰ ਅੱਜ ਦਸਤਾਰਾਂ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਬਾਬਾ ਜੀ ਉਹਨਾਂ ਨਾਲ, ਅਤੇ ਹੋਰ ਵੀ ਬਾਕੀ ਜਿਹੜੇ ਪਾਰਟੀਸਪੈਂਟ ਜਿਨ੍ਹਾਂ ਨੇ ਹਿੱਸਾ ਲਿਆ ਉਹਨਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸੋ ਅੱਜ ਵੀ ਜਿਹੜਾ ਅੱਜ ਇੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ
ਮਹਾਰਾਜ ਉਹਨਾਂ ਦੀ 44ਵੀਂ ਬਰਸੀ ਸੰਬੰਧੀ ਅੱਜ ਰੈਣ ਸਭਾ ਜੀ ਇੱਥੇ ਕੀਰਤਨ ਵੀ ਹੋਣਾ ਹੈ। ਸੋ ਸਾਰੀ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਇੱਥੇ ਗੁਰਦੁਆਰਾ ਸਾਹਿਬ ਯਾਦਗਾਰ ਸਾਹਿਬ ਵਿਖੇ ਜ਼ਰੂਰ ਹਾਜ਼ਰੀ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।